ਅਕਾਲ ਪੰਜਾਬ ਭਾਰਤੀ ਅਮਰੀਕਾ ਦੀ ਇੰਗਲਿਸ਼ ਹਿੰਦੀ ਪੰਜਾਬੀ ਅਤੇ ਗੁਜਰਾਤੀ ਦੀਆਂ ਖਬਰਾਂ ਦੇ ਇੱਕਮਾਤਰ ਪੋਰਟਲ ਇੰਡੀਅਨ ਟਾਈਮਸ ਦੇ .com ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਇਸ ਵਿੱਚ ਤੁਹਾਨੂੰ ਸਥਾਪਿਤ ਕਾਰੋਬਾਰਾਂ ਅਤੇ ਸਾਧਨਾਂ ਦੀ ਜਾਣਕਾਰੀ ਵੀ ਮਿਲੇਗੀ। ਮੇਰਾ ਨਾਮ ਰਮਨਦੀਪ ਕੌਰ ਹੈ ਅਤੇ ਅੱਜ ਦੀਆਂ ਮੁੱਖ ਖਬਰਾਂ ਨੇ। ਪੰਜਾਬ ਵਿੱਚ ਆਈਟੀ ਅਤੇ ਈਡੀ ਗੁਰਮੀਤ ਰਾਮ ਰਹੀਮ ਦੀ ਮੂਵੇਬਲ ਅਤੇ ਇਮੂਵੇਬਲ ਪ੍ਰਾਪਰਟੀਜ਼ ਦੀ ਜਾਂਚ ਕਰੇਗੀ ਅਤੇ ਗੁਰਦਾਸਪੁਰ ਵਿੱਚ ਹੋਣ ਵਾਲੇ ਉਪਚੁਣਾਵ ਵਿੱਚ 11 ਉਮੀਦਵਾਰ ਖੜ੍ਹੇ ਹੋਏ। ਭਾਰਤ ਵਿੱਚ ਬੀਜੇਪੀ ਦੇ ਸੀਨੀਅਰ ਨੇਤਾ ਯਸ਼ਵੰਤ ਸਿਨਹਾ ਨੇ ਬੀਜੇਪੀ ਦੇ ਸੁਪਰਮੈਨ ਵਿੱਤ ਮੰਤਰੀ ਉੱਤੇ ਭਾਰਤੀ ਅਰਥ ਵਿਵਸਥਾ ਨੂੰ ਵਿਗਾੜਨ ਦੇ ਲਈ ਨਿਸ਼ਾਨਾ ਸਾਧਿਆ ਅਤੇ ਭਾਰਤੀ ਸੈਨਾ ਦੁਆਰਾ ਮਿਆਂਮਾਰ ਬਾਰਡਰ ਉੱਤੇ ਕੀਤੀ ਗਈ ਗੋਲੀਬਾਰੀ ਵਿੱਚ ਕਈ ਨਾਗਾ ਉਗਰਵਾਦੀ ਮਾਰੇ ਗਏ। ਅਮਰੀਕਾ ਵਿੱਚ ਅੱਤਵਾਦ ਦੇ ਵੈਸ਼ਵਿਕ ਸੰਕਟ ਨਾਲ ਨਿਪਟਣ ਦੇ ਲਈ US ਅਤੇ ਭਾਰਤ ਨੇ ਆਪਣੀ ਪ੍ਰਤੀਬੱਧਤਾ ਦੀ ਪੁਸ਼ਟੀ ਕੀਤੀ ਅਤੇ ਇੱਕ ਭਾਰਤੀ ਅਮਰੀਕੀ ਚਿਕਿਤਸਕ ਦੰਪਤੀ ਨੇ ਫਲੋਰੀਡਾ ਯੂਨੀਵਰਸਿਟੀ ਨੂੰ $200 million ਦਾ ਅਨੁਦਾਨ ਦਿੱਤਾ। ਸਾਡੇ ਨਾਲ ਜੁੜੇ ਰਹੋ ਦੋਸਤੋ, ਅਸੀਂ ਪੰਜਾਬ ਭਾਰਤ ਅਤੇ ਅਮਰੀਕਾ ਦੀਆਂ ਮਹੱਤਵਪੂਰਨ ਖਬਰਾਂ ਨਾਲ ਜਲਦੀ ਵਾਪਸ ਆਵਾਂਗੇ।